ਦੇ ਪਿਆ ਸੀ ਅਸੀਂ ਸਰਾਇਕੀ ਝੁੰਮਰ ਤੋਂ ਦੇ ਪਿਆ ਸੀ ਸਾਡੇ ਲੋਕ ਆਮਰ ਆਮਰ ਔਰ ਜਨਾਬ ਇੱਥਾ ਤੋਂ ਸਾਡੇ ਦੇ ਪਿਆ ਸੀ ਸਰਾਇਕੀ ਝੁੰਮਰ ਜ਼ਿੰਦਗੀ ਦਾ ਸੋਚਾ ਕਿਆ ਹੋਣੇ ਨੇ ਬੰਦਾ ਕਿਆ ਕਰ ਸਕਦੇ ਤੇ ਪਲ ਦਾ ਵਿਸਾ ਕਹਿਣੀ ਜੋ ਮੈਂ ਆ ਗਿਆ ਤੇ ਵਾਪਸੀ ਮੈਂ ਪੁੱਛ ਸਕਦਾ ਕਿ ਨਹੀਂ ਪੁੱਛ ਸਕਦਾ ਸ਼ਹਿਰ ਬੜਾ ਹੈ ਅੱਲਾ ਮੈਂ ਇਕਬਾਲ ਜੀ ਇਹ ਜ਼ਿੰਦਗੀ ਕੇ ਮੇਰੇ ਕੰਮ ਨਹੀਂ ਹੋਗੇ ਜੋ ਅਫਸੋਸ ਹੈ ਜੋ ਹਮ ਨਹੀਂ ਹੋਗੇ ਯਾਰ ਸਾਡੇ ਚੰਦ ਸ਼ਰਾਬ ਘੁੱਟ ਪੀਣ ਵਾਲੇ ਹੁਣ ਨਾ ਤੇਰੇ ਬੜੇ ਤੂਲ ਤਵਾਲ ਤੇ ਬੜੇ ਇੰਤਜ਼ਾਮਿਆ ਹੁਣ ਇਹ ਪਤਾ ਕਹਿੰਦੀ ਜੋ ਸ਼ਰਾਬ ਕਿਆ ਚੀਜ਼ ਹੈ ਮੈਂ ਹੁਣ ਇਹਦੇ ਥੋੜ੍ਹੇ ਚੰਦ ਕੱਥੇ ਬਣਾਏ ਕਿ ਸ਼ਰਾਬੀ ਕੋ ਮਗਨ ਸਾਖੀਆ ਪਿਲੇ ਜੀ ਤਾਂ ਬੱਟ ਪਿਲਾ ਦੇਰ ਨਾ ਕਰ ਫਟੋ ਫਟ ਪਿਲਾ ਦੋ ਚਾਰ ਪੈ ਕਿਤੇ ਕੰਮ ਕਾਨੀ ਪਿਲੇ ਜੀ ਤਾਂ ਅੱਜ ਪੂਰਾ ਮੱਟ ਪਿਲਾ ਜੋਸ਼ ਨਾ ਆਵੇ ਉਹ ਸ਼ਰਾਬੀਓ ਜਿਹੜੇ ਸਾਰੀ ਉਮਰਾਂ ਦਾ ਮੇਕੂ ਹੋਸ਼ ਨਾ ਆਵੇ ਪਿੰਨੀਆਂ ਦੇ ਮੇਲੇ ਜ਼ਿੰਦਗੀ ਦੇ ਨਹੀਂ ਹੁੰਦੇ ਸਜਣ ਕਬੀਲੇ ਛੋੜ ਵੇ ਵਾਹ ਵਾਹ ਹੈ ਅੱਲਾ ਬਾਦਸ਼ਾਹ ਹੈ ਕਾਗਜ਼ਾਂ ਦੀ ਬੇੜੀ ਹੈ ਮਕੋੜਾ ਬਲਾ ਹੈ ਅੱਜ ਸਾਰੇ ਸਜਾਣ ਮੇਲੇ ਤੇ ਆਏ ਖੜੇ ਨਾਲ ਇਹ ਛੋਕਰੇ ਨਿਕਲਣ ਦੀ ਸਲਾਹ ਹੈ ਸਾਰੇ ਆਸ਼ਿਕ ਖੜੇ ਹੋਣ ਸਾਰੇ ਗੁਨਾਹਗਾਰ ਖੜੇ ਹੋਣ ਸਭ ਕੁਝ ਕਹੀਂ ਕੋਈ ਪਤਾ ਕਰਨ ਜੋ ਕਹੀਂ ਕਿਆ ਹੈ ਹਰ ਕੋਈ ਆਦਾ ਉਹਦੇ ਮੈਂ ਆਸ਼ਿਕ ਹਾਂ ਆਸ਼ਿਕ ਦਾ ਮਤਲਬ ਕਿਆ ਹੈ ਇਸ਼ਕ ਰਹਿੰਦਾ ਕਿੱਥੇ ਹੈ ਇਸ਼ਕ ਖੰਦਾ ਕਿਆ ਹੈ ਇਸ਼ਕ ਪੀਂਦਾ ਕਿਆ ਹੈ ਬੰਦਾ ਸਜਣ ਖੜਾ ਹੋਵੇ ਤਾਂ ਹੀਨਾ ਮੈਂ ਥੋੜਾ ਸਵਾਲ ਸਵਾਲ ਪੁੱਛਦਾ ਹੀ ਨਾ ਪਾਕਿਸਤਾਨ ਦੇ ਇਹਦੇ ਇੱਥਾਂ ਇੱਥਾਂ
ਚੂਸ ਨਪੀੜ ਤੇ ਹੱਡੀਆਂ ਤੂੰ ਹੱਥ ਮਾਰ ਤੇ ਬੋਟੀਆਂ ਖਾ ਗਏ ਜੀ ਜਨਾਬ ਅਸਾਂ ਸ਼ੇਖ ਅਬਦੁਲ ਸਤਾਰ ਸਿੰਘ ਮੇਲੇ ਅੱਖ ਬੇ ਜ਼ਬਾਨ ਹੈ ਅੱਖ ਬੇ ਜ਼ਬਾਨ ਹੈ ਪਰ ਬੋਲਦੀ ਵੀ ਅੱਖ ਹੈ ਦਿਲਾਂ ਦੀਆਂ ਕੂੰਡੀਆਂ ਖੋਲਦੀ ਵੀ ਅੱਖ ਹੈ ਮੇਰੇ ਦਾਦਾ ਦੀ ਵੀ ਅੱਖ ਹੈ ਫਰੀਦ ਦੀ ਵੀ ਅੱਖ ਹੈ ਮਖਲੂਕ ਦੀ ਵੀ ਅੱਖ ਹੈ ਲੇਕਿਨ ਉਹ ਅੱਖ 100 ਵਾਰੀ ਲੱਖ ਹੈ ਕਿਉਂ ਜੋ ਅੱਖ ਵਿੱਚ ਕਾਬਾ ਹੈ ਅਤੇ ਅੱਖ ਵਿੱਚ ਹੱਜ ਹੈ ਜੀ ਜਨਾਬ ਅਸਾਂ ਸ਼ੇਖ ਅਬਦੁਲ ਸਤਾਰ ਮੇਲੇ ਦੇ ਉੱਤੇ ਮੌਜੂਦ ਸੀ ਔਰ ਅਸਾਂ ਢੇਰ ਸਾਰੇ ਲੋਕ ਹਨ ਸੀ ਜਿਹੜੇ ਮੇਲੇ ਨੂੰ ਇੰਜੋਏ ਕਰਨ ਔਰ ਔਰ ਜੀ ਜਨਾਬ ਹੀਮਲੇ ਅਸਾਂ ਤੁਹਾਨੂੰ ਖੇਡ ਤੇ ਜੁਲਦੇ ਪਿਆ ਸੀ ਦਰਬਾਰ ਸ਼ੇਖ ਅਬਦੁਲ ਸਤਾਰ ਸਿਰਫ ਇੱਕ ਮਿੰਟ ਮੈਂ ਦੁਆ ਮੰਗਣਾ ਜੀ ਅਸਾਂ ਸਹੀ ਹੀਮਲੇ ਤੁਹਾਨੂੰ ਖੇਡ ਤੇ ਜੁਲਦੇ ਪਏ ਸੀ ਦਰਬਾਰ ਸ਼ੇਖ ਅਬਦੁਲ ਸਤਾਰ ਸਤਾਰਨ ਸੀ ਅਤੇ ਹੀਮਲੇ ਅਸਾਂ ਤੁਹਾਨੂੰ ਖੇਡੇ ਜੁਲਦੇ ਸੀ ਔਰ ਇਹ ਦਰਬਾਰ ਹੈ ਸਹੀ ਔਰ ਈ ਦਰਬਾਰ ਦੇ ਉੱਤੇ ਆਏ ਹੋਏ ਔਰ ਹੀ ਮਿਲੇ ਅਸਾਂ ਸਹੀ ਦਰਬਾਰ ਸ਼ੇਖ ਅਬਦੁਲ ਸਤਾਰ ਔਰ ਅੱਜ ਇੱਥਾਂ ਉਰਸ ਹੈ ਔਰ ਉਰਸ 'ਤੇ ਆਏ ਹੋਏ ਸਾਰੇ ਪਾਕਿਸਤਾਨ ਤੋਂ ਮੁਰੀਦੈਨ ਲੋਕ ਆਪਣੇ ਅਸੀਂ ਖਾਹਿਸ਼ਾਤ ਖੇਡ 'ਤੇ ਆਉਂਦੇ ਨੇ ਔਰ ਇਹ ਸੋਹਣੀ ਜੀ ਤੁਹਾਨੂੰ ਪਤਾ ਹੈ ਕਿ ਚਾਦਰਾਂ ਵੀ ਚੜ੍ਹੀਆਂ ਪੈਣ ਔਰ ਇਹ ਲੋਕ ਜਿਹੜੇ ਅਸੀਂ ਆਪਣੀ ਪੈਸੇ ਸੱਟ 'ਤੇ ਵੇਂਦੇ ਨੇ ਦਰਬਾਰ ਕਿੱਥੇ ਔਰ ਇਹ ਦਰਬਾਰ ਦੇ ਸੋਹਣੇ ਜੇ ਰੰਗ ਤੁਸੀਂ ਬਿਸਮਿਲ੍ਲਾਹਿ ਰਹਿਮਾਨਿ ਰਹੀਮ ਸੀ ਸਾਰਿਆਂ ਤੋਂ ਪਹਿਲਾਂ ਮੈਂ ਰਸੇਵਾ ਦਿੱਤਾ ਕਿ ਅਸਾਂ ਦਰਬਾਰ ਸ਼ੇਖ ਅਬਦੁਲ ਸਤਾਰ ਉੱਤੇ ਮੌਜੂਦ ਸੀ ਔਰ ਜਿਹਦਾ ਸਾਲਾਨਾ ਉਰਸ ਦੇ ਲੱਗੇ ਕਿ ਉਸ ਦੇ ਪੂਰੇ ਪਾਕਿਸਤਾਨ ਦੇ ਲੋਕ ਆਏ ਹੋਏ ਨੇ ਔਰ ਮੇਲਾ ਗਿਲਾਬ ਤੋਂ ਹੁੰਦੇ ਜਿਹਦੇ ਸਰਿਆਂ ਮਿਲ ਪਾਉਂਦੇ ਨੇ ਸਰਤੀ ਮਿਲ ਪਾਉਂਦੇ ਨੇ ਆਪਣੇ ਮਿਲ ਪਾਉਂਦੇ ਨੇ ਪਿਆਰੇ ਮਿਲ ਪਾਉਂਦੇ ਨੇ ਇਹ ਗੱਲ ਹੁੰਦੀ ਹੈ ਕਿ ਅਸਾਂ ਆਪਣੇ ਦੋਸਤਾਂ ਨੂੰ ਮਿਲਦੇ ਔਰ ਅਸਾਂ ਦੁਆ ਮੰਗਣੀ ਹੈ ਸੂਫੀਆ ਕਲਾਮ ਦੇ ਹਵਾਲੇ ਨਾਲ ਹੀ ਔਲੀਆ ਦੇ ਨਾਂ 'ਤੇ ਗੱਲਾਂ ਕਰੇ ਸਾਡੇ ਮੁਲਕ ਪਾਕਿਸਤਾਨ ਵਿੱਚ ਅਮਨ ਥੀ ਰਹੇ ਔਰ ਦਹਿਸ਼ਤਗਰਦੀ ਖਤਮ ਥੀ ਰਹੇ ਔਰ ਇਹਨਾਂ ਦੇ ਪੈਗਾਮ ਕਿ ਰੋਹੀ ਰਾਹ ਬਣਿੰਦੀ ਪਈਏ ਅੱਖ ਵਿੱਚ ਨੀਰ ਬਣਿੰਦੀ ਪਈਏ ਅੱਜ ਦੀ ਜ਼ਫਰ ਰੋਹੀ ਜ਼ਰੂਰ ਖਰੀਦ ਖਰੀਦ ਕਰਨੀ ਪਈਏ ਔਰ ਇਹ ਤੋਂ ਬਾਅਦ ਸਾਰੇ ਦੋਸਤਾਂ ਸੰਗੇ ਕਿ ਹਮੇਸ਼ਾ ਇਹ ਮੇਲਾ ਹੁੰਦਾ ਸੀ ਕਣਕੀ ਦੇ ਮੌਸਮ ਦੇ ਵਿੱਚ ਜਿਵੇਂ ਕਣਕੀ ਹੁੰਦੀ ਜਿੱਦਾਂ ਨਿਕਲੇ ਹਾੜ ਦਾ ਮੌਸਮ ਨਹੀਂ ਜਿਹੜੇ ਗਾਹ ਲਾਉਂਦੇ ਮੇਰਾ ਹਾਂ ਲਾਉਂਦੇ ਜਿਹੜੇ ਵਕਤ ਦੀ ਪਾਰਵਾਂ ਟਾਲੀ ਤੇ ਆ ਕਾਂ ਬਹਾਉਂਦੇ ਮੇਰਾ ਹਾਂ ਲਾਉਂਦੇ ਜਿਵੇਂ ਵਹਦਾ ਪੱਤਰ ਇਸ ਕੱਲਾ ਜ਼ਿੰਦਾਬਾਦ ਅਤੇ ਪਾਕ ਫੌਜ ਪਾਈਂਦਾ।